ਸੰਦੀਪ ਸਿੰਘ ਅਤੇ ਰਮਨਦੀਪ ਸਿੰਘ ਇਹਨਾਂ ਦੇ ਉੱਤੇ ਉਸਨੇ ਫਾਇਰਿੰਗ ਕੀਤੀ। ਜੇ ਸੰਦੀਪ ਜਿਹੜਾ ਇਸ ਕੇਸ ਦਾ ਐਕਚੁਅਲੀ ਪਿਛੋਕੜ ਹੈ ਉਹ ਇਹ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਪੈਸੇ ਦਾ 20,000 ਦਾ ਲੈਣ ਦੇਣ ਸੀਗਾ ਤੇ ਪਹਿਲਾਂ ਵੀ ਇਸ ਮੁੱਦੇ ਨੂੰ ਲੈ ਕੇ ਮਿਲੇ ਸੀਗੇ ਲੇਕਿਨ ਕੱਲ ਉਹਨੇ ਉੱਥੇ ਫਾਇਰਿੰਗ ਕੀਤੀ। ਫਾਇਰਿੰਗ ਦੇ ਇੰਸੀਡੈਂਟ ਤੋਂ ਬਾਅਦ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਆਈ ਤਾਂ ਜਿਹੜੇ ਡੀਐਸਪੀ ਦੀ ਤੇ ਪੁਲਿਸ ਦੀ ਦੋ ਵੀ ਜਿਹੜੇ ਟੀਮਸ ਸੀਗੀਆਂ ਮੌਕੇ ਤੇ ਪਹੁੰਚੀਆਂ। ਵਾਰਦਾਤ ਦੇ 1 ਘੰਟੇ ਦੇ ਅੰਦਰ ਅੰਦਰ ਵਾਰਦਾਤ ਟਰੇਸ ਕੀਤੀ ਗਈ ਤੇ ਜਿਹੜਾ ਪ੍ਰਾਈਮ ਅਕਿਊਜ਼ਡ ਜਿਸਨੇ ਗੋਲੀ ਚਲਾਈ ਸੀ ਭਾਰਤ ਭੂਸ਼ਣ ਜੋਸ਼ੀ ਸਮੇਤ ਵਰਤਨ ਅਰੈਸਟ ਕੀਤਾ ਗਿਆ। ਜਿਹੜੇ ਬਾਕੀ ਦੋ ਉਸਦੇ ਸਾਥੀ ਭੱਜੇ ਹੋਏ ਨੇ ਉਹਨਾਂ ਨੂੰ ਜਲਦੀ ਫੜਿਆ ਜਾਏਗਾ। ਨਾਲ ਹੀ ਮੈਂ ਦੱਸਣਾ ਚਾਹੂੰਗੀ ਕਿ ਜੋ ਜਿਹੜਾ ਇੱਥੇ ਵੈਪਨ ਯੂਜ਼ ਹੋਇਆ ਇਹਨੂੰ ਇਹਦੀ ਵੀ ਬੈਕਵਰਡ ਲਿੰਕ ਦੇ ਵਿੱਚ ਡੂੰਘਾਈ ਦੇ ਵਿੱਚ ਤਫਤੀਸ਼ ਕੀਤੀ ਜਾਏਗੀ ਤੇ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਅਰੈਸਟ ਕੀਤਾ ਜਾਏਗਾ। ਇਹਨਾਂ ਦੇ ਜਿਹੜੇ ਅਕਿਊਜ਼ ਨੇ ਤੇ ਜਿਹੜੇ ਮਦਈ ਨੇ ਸੀ ਉਹਨਾਂ ਦੀ ਪੂਰੀ ਕ੍ਰਿਮੀਨਲ ਹਿਸਟਰੀ ਚੈੱਕ ਕੀਤੀ ਜਾ ਰਹੀ ਹੈ। ਇਸ ਕੇਸ ਦੇ ਵਿੱਚ ਜਿਹੜੇ ਜਿਨ੍ਹਾਂ ਤੇ ਫਾਇਰਿੰਗ ਹੋਈ ਹੈ ਉਹਨਾਂ ਤੇ ਕੁਛ ਪਰਚੇ ਪਹਿਲਾਂ ਦਰਜ ਸੀ ਜਿਹੜੇ ਕਿ ਇਸ ਕੇਸ ਦੇ ਵਿੱਚ ਮਦਈ ਨੇ ਤੇ ਜਿਹੜਾ ਅਕਿਊਜ਼ ਹੈ ਤੇ ਜਿਹੜੇ ਉਹਦੇ ਸਾਥੀ ਨੇ ਉਹਨਾਂ ਦੀ ਜਿਹੜੀ ਪੂਰੀ ਕ੍ਰਿਮੀਨਲ ਹਿਸਟਰੀ ਹੈ ਉਹਦੇ ਬਾਰੇ ਇਨਵੈਸਟੀਗੇਸ਼ਨ ਜਾ ਰਹੀ ਹੈ। ਜਿਹੜਾ ਲਾਇਸੈਂਸ ਸੀ ਉਹ ਨਹੀਂ ਇਲਿਸਿਟ ਵੈਪਨ ਤਾਂ ਹੀ ਇਹਦੇ ਵਿੱਚ ਆਮ ਜੱਟ ਦਾ ਵੀ ਪਤਾ ਚੱਲ ਗਿਆ। ਗੋਲੀ ਲੱਗੀ ਤਾਂ ਨਹੀਂ ਉਸਦੇ? ਨਹੀਂ ਜੀ, ਫੋਰਚੂਨੇਟਲੀ ਉਹਨਾਂ ਨੂੰ ਕੋਈ ਗੋਲੀ ਨਹੀਂ ਲੱਗੀ। ਮੰਡੀ ਗੋਬਿੰਦਪੁਰ ਚੌੜਾ ਬਾਜ਼ਾਰ ਦੇ ਵਿੱਚ ਫਾਇਰਿੰਗ ਇੰਸੀਡੈਂਟ ਹੋਇਆ ਸੀ। ਇੱਕ ਵਿਅਕਤੀ ਜਿਸਦਾ ਨਾਮ ਭਾਰਤ ਭੂਸ਼ਣ ਆਸ਼ੀ ਭਾਰਤ ਭੂਸ਼ਣ ਜੋਸ਼ੀ ਹੈ ਉਹ ਆਪਣੇ ਜਿਹੜੇ ਦੋ ਸਾਥੀਆਂ ਦੇ ਨਾਲ ਉੱਥੇ ਜੌਬ ਤੇ ਪਹੁੰਚਿਆ ਕੈਨੇਡਾ ਸਕੂਲ ਤੇ ਤੇ ਇਹ ਦੋ ਭਰਾ ਨੇ ਸੰਦੀਪ ਸਿੰਘ ਅਤੇ ਰਮਨਦੀਪ ਸਿੰਘ ਇਹਨਾਂ ਦੇ ਉੱਤੇ ਉਸਨੇ ਫਾਇਰਿੰਗ ਕੀਤੀ ਤੇ ਜੇ ਸੰਦੀਪ ਜਿਹੜਾ ਇਸ ਕੇਸ ਦਾ ਐਕਚੁਅਲੀ ਪਿਛੋਕੜ ਹੈ ਉਹ ਇਹ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਪੈਸੇ ਦਾ 20,000 ਦਾ ਲੈਣ ਦੇਣ ਸੀਗਾ ਤੇ ਪਹਿਲਾਂ ਵੀ ਇਸ ਮੁੱਦੇ ਨੂੰ ਲੈ ਕੇ ਮਿਲੇ ਸੀਗੇ ਲੇਕਿਨ ਕੱਲ ਉਹਨੇ ਉੱਥੇ ਫਾਇਰਿੰਗ ਕੀਤੀ। ਫਾਇਰਿੰਗ ਦੇ ਇੰਸੀਡੈਂਟ ਤੋਂ ਬਾਅਦ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਆਈ ਤਾਂ ਜਿਹੜੇ ਡੀਐਸਪੀ ਦੀ ਤੇ ਪੁਲਿਸ ਦੀ ਦੋ ਵੀ ਜਿਹੜੇ ਟੀਮਸ ਸੀਗੀਆਂ ਮੌਕੇ ਤੇ ਪਹੁੰਚੀਆਂ। ਵਾਰਦਾਤ ਦੇ 1 ਘੰਟੇ ਦੇ ਅੰਦਰ ਅੰਦਰ ਵਾਰਦਾਤ ਟਰੇਸ ਕੀਤੀ ਗਈ ਤੇ ਜਿਹੜਾ ਪ੍ਰਾਈਮ ਅਕਿਊਜ਼ਡ ਜਿਸਨੇ ਗੋਲੀ ਚਲਾਈ ਸੀ ਭਾਰਤ ਭੂਸ਼ਣ ਜੋਸ਼ੀ ਸਮੇਤ ਵਰਤਨ ਅਰੈਸਟ ਕੀਤਾ ਗਿਆ। ਜਿਹੜੇ ਬਾਕੀ ਦੋ ਉਸਦੇ ਸਾਥੀ ਭੱਜੇ ਹੋਏ ਨੇ ਉਹਨਾਂ ਨੂੰ ਜਲਦੀ ਫੜਿਆ ਜਾਏਗਾ। ਨਾਲ ਹੀ ਮੈਂ ਦੱਸਣਾ ਚਾਹੂੰਗੀ ਕਿ ਜੋ ਜਿਹੜਾ ਇੱਥੇ ਵੈਪਨ ਯੂਜ਼ ਹੋਇਆ ਇਹਨੂੰ ਇਹਦੀ ਵੀ ਬੈਕਵਰਡ ਲਿੰਕ ਦੇ ਵਿੱਚ ਡੂੰਘਾਈ ਦੇ ਵਿੱਚ ਤਫਤੀਸ਼ ਕੀਤੀ ਜਾਏਗੀ ਤੇ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਅਰੈਸਟ ਕੀਤਾ ਜਾਏਗਾ। ਇਹਨਾਂ ਦੇ ਜਿਹੜੇ ਅਕਿਊਜ਼ ਨੇ ਤੇ ਜਿਹੜੇ ਮਦਈ ਨੇ ਸੀ ਉਹਨਾਂ ਦੀ ਪੂਰੀ ਕ੍ਰਿਮੀਨਲ ਹਿਸਟਰੀ ਚੈੱਕ ਕੀਤੀ ਜਾ ਰਹੀ ਹੈ। ਇਸ ਕੇਸ ਦੇ ਵਿੱਚ ਜਿਹੜੇ ਜਿਨ੍ਹਾਂ ਤੇ ਫਾਇਰਿੰਗ ਹੋਈ ਹੈ ਉਹਨਾਂ ਤੇ ਕੁਛ ਪਰਚੇ ਪਹਿਲਾਂ ਦਰਜ ਸੀ ਜਿਹੜੇ ਕਿ ਇਸ ਕੇਸ ਦੇ ਵਿੱਚ ਮਦਈ ਨੇ ਤੇ ਜਿਹੜਾ ਅਕਿਊਜ਼ ਹੈ ਤੇ ਜਿਹੜੇ ਉਹਦੇ ਸਾਥੀ ਨੇ ਉਹਨਾਂ ਦੀ ਜਿਹੜੀ ਪੂਰੀ ਕ੍ਰਿਮੀਨਲ ਹਿਸਟਰੀ ਹੈ ਉਹਦੇ ਬਾਰੇ ਇਨਵੈਸਟੀਗੇਸ਼ਨ ਜਾ ਰਹੀ ਹੈ।
ਕੈਪਟਨ ਜਿਹੜਾ ਰਿਕਾਰਡ ਹੋਇਆ ਜੀ ਉਹਦਾ ਲਾਇਸੈਂਸ ਹੀ ਸੀ ਮਤਲਬ ਨਹੀਂ ਇਲਿਸਿਟ ਤਾਂ ਹੀ ਇਹਦੇ ਵਿੱਚ ਆਮ ਜੱਟ ਦਾ ਪਤਾ ਨਹੀਂ ਗੋਲੀ ਲੱਗੀ ਤਾਂ ਨਹੀਂ ਉਸਦੇ ਨਹੀਂ ਫੋਰਚੂਨੇਟਲੀ ਉਹਨਾਂ ਨੂੰ ਕੋਈ ਗੋਲੀ ਨਹੀਂ ਲੱਗੀ ਕੁਛ ਰਿਕਵਰੀ ਕੀਤੀ ਗਈ ਇਸ ਕੇਸ ਦੇ ਵਿੱਚ ਇੱਕ ਵਿਅਕਤੀ ਬੋਰਡ ਕਾਰ ਸੀ ਸੱਤ ਦਿਨ ਦਾ ਕਾਰ ਤੇ ਇੱਕ ਖਾਲੀ ਪੋਲਿਸੀ ਦਾ